हेलो रविंदर, मैं दीपक बोल रहा सी रेडियो मिर्ची। हाँ जी सर, बोलो। अच्छा, अपने जीजा जी नु कॉन्फ्रेंस च लो। अच्छा ही। और जिद्दा मैं समझाया बस ओही बोलना है। मैं बोलूंगी ना पहला। बार बार पूछेंगे गल की है दसना नहीं। अच्छा ही। करो कॉल। एक मिनट सर, मैं लानी है। ਭਾਜੀ ਮੇਰੇ ਨਾਲ ਨਾ ਕਾਨਫਰੰਸ ਤੇ ਕੋਈ ਆ, ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਸੀ। ਦੱਸੋ। ਹਾਂਜੀ, ਉਹਨਾਂ ਦਾ ਨਾਮ ਨਾ ਜਿੰਦਰ ਆ। ਅੱਛਾ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਭਾਈ ਰਵਿੰਦਰ ਨੇ ਮੇਰੇ ਬਾਰੇ ਦੱਸਿਆ ਹੋਣਾ ਜੀ ਤੁਹਾਨੂੰ। ਰਵਿੰਦਰ ਤੂੰ ਦੱਸ ਦੇ ਯਾਰ। ਜੀਜਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਮੇਰੀ ਗੱਲ ਸੁਣੋ ਧਿਆਨ ਨਾਲ। ਮੰਮੀ ਡੈਡੀ ਰਿਸ਼ਤਾ ਲੱਭ ਰਿਹਾ, ਲੱਭਣ ਦੋ। ਤੁਸੀਂ ਕਿਉਂ ਵਿੱਚ ਜ਼ਿਆਦਾ ਇੰਟਰਨੈਟ ਕਰ ਰਹੇ ਹੋ? ਦੁਬਾਰਾ ਫੋਨ ਕਰੋ ਔਰ ਕਹੋ ਕਿ ਜੀਜਾ ਜੀ ਮੈਂ ਤੁਹਾਡੇ ਨਾਲ ਗੱਲ ਕਰਵਾਈ, ਤੁਸੀਂ ਮੇਰੀ ਬੇਇੱਜ਼ਤੀ ਕਰਾਤੀ, ਗਲਤ ਕਿਉਂ ਬੋਲੇ ਜਿੰਦਰ ਨੂੰ? ਅੱਛਾ ਜੀ, ਦ ਪਰਸਨ ਯੂ ਆਰ ਸਪੀਕਿੰਗ ਵਿਦ। ਹੈਲੋ ਭਾਜੀ, ਤੁਸੀਂ ਫੋਨ ਕਿਉਂ ਨਹੀਂ ਚੱਕਦੇ? ਜਿਹੜੀ ਤੂੰ ਬੇਇੱਜ਼ਤੀ ਕਰਾਣੀ ਸੀ ਮੇਰੀ ਕਰਾਤੀ, ਮੈਨੂੰ ਕਿਸੇ ਚੀਜ਼ ਕਿਹੜੇ ਤੂੰ ਮੈਨੂੰ ਅੱਜ ਤੱਕ ਕਿਸੇ ਮੁੰਡੇ ਦਾ ਮੈਨੂੰ ਕਿਹੜੇ ਦਾ ਦੱਸਤਾ? ਹਾਲੇ ਮੈਂ ਤੁਹਾਡੀ ਲਿਸਟ ਲੈਣਾ ਕੀ ਆ? ਮੈਂ ਤੇਰੀ ਲਾਈਫ ਤੋਂ ਦੱਸ, ਤੂੰ ਜਿਹੜੀ ਗੱਲ ਆਪਣੇ ਘਰਦਿਆਂ ਨਾਲ ਕਰ, ਠੀਕ ਆ? ਮੈਂ ਕੀ ਰਹਿਣਾ? ਪਰ ਭਾਜੀ ਤੁਸੀਂ ਮੇਰੀ ਤੇ ਬੇਇੱਜ਼ਤੀ ਕਰਨ ਦੀ ਲੋੜ ਹੋਊਗੀ? ਮੈਂ ਤੈਨੂੰ ਉਹ ਮੁੰਡਾ ਵੀ ਵਿੱਚ ਸੀਗਾ, ਉਹਨੂੰ ਵੀ ਮੈਂ ਕਹਿਤਾ ਸੀਗਾ, ਠੀਕ ਆ? ਉਹ ਕਿਹੜੀ ਸੈਂਸ ਦੇ ਵਿੱਚ ਮੇਰੇ ਨਾਲ ਗੱਲ ਕਰਦਾ ਪਿਆ ਸੀਗਾ? ਪਰ ਤੁਸੀਂ ਭਾਜੀ ਮੇਰੀ ਤੇ ਬੇਇੱਜ਼ਤੀ ਕਰਾਤੀ ਨਾ ਉਹਦੇ ਸਾਹਮਣੇ। ਆਦੀ ਬੇਇੱਜ਼ਤੀ ਕਰਾਤੀ? ਇਹ ਰਿਲੇਸ਼ਨ ਨਾਲ ਤੁਹਾਡਾ ਕੀ? ਨਹੀਂ ਮੈਨੂੰ ਕੀ ਪਤਾ? ਹੈਲੋ ਜੀਜਾ, ਮੈਂ ਦਾਦਾ ਕੀ ਰਿਲੇਸ਼ਨ ਹੈ? ਤੁਹਾਨੂੰ ਪਤਾ ਮੈਨੂੰ ਤੁਹਾਡੇ ਤੇ ਕਿੰਨਾ ਪਿਆਰ ਆਇਆ ਸੀ ਕਿ ਮੈਂ ਤੁਹਾਡਾ ਨੰਬਰ ਰੇਡੀਓ ਮਿਰਚੀ ਨੂੰ ਦੇਤਾ ਸੀ ਤੁਹਾਡਾ ਮਿਰਚੀ। ਓਏ ਹੋਏ, ਕੁੜੀਆਂ ਹਜੇ ਨਹੀਂ ਦੱਸਣਾ ਸੀਗਾ। ਪਰ ਚਲ ਕੋਈ ਨਹੀਂ, ਆਪਣਾ ਕੰਮ ਹੋ ਗਿਆ ਸੀਗਾ। ਬੋਲੋ ਜੀਜਾ ਜੀ, ਕੁਕੜੂ ਕੁੜੂ ਕੁਕੜੂ ਕੁੜੂ ਕਹਿ ਦਿੰਦੇ ਹਾਂ। ਕੋਈ ਜੀਤਾ ਮਨਜਿੰਦਰ, ਕੋਈ ਕੁਛ ਨਹੀਂ, ਜੋ ਤੁਸੀਂ ਲੱਭੋਗੇ ਉਹੀ ਹੋਊਗਾ। ਚਲੋ ਠੀਕ ਹੈ, ਠੀਕ ਹੈ।